ਇਹਨੂੰ ਆ ਬਟਾਂ ਤੇ ਨਹੀਂ ਲਾਈਆਂ ਨੇ ਚੋਲੇ ਫੜੀਆਂ ਨੇ ਜੇ ਤੋੜੀ ਜਾਈ ਓਨੀ ਹੋਰ ਲੱਗੀ ਜਾਂਦੀਆਂ ਨੇ ਤਾਂ ਸਾਡਾ ਬੂਟਾ ਵੀ ਉਹ ਆੜੂਆਂ ਦਾ ਹਰੇ ਜੇ ਖੜਦੇ ਤੇ ਦੋ ਚਾਰ ਕ ਆਪਣੇ ਵੀ ਇਹੀ ਬੂਟਾ ਹੈਗਾ ਉਹ ਤਾਂ ਬੈਠੇ ਰਹੇ ਆ ਨਾ ਸਾਰਾ ਦਿਨ ਸਾਡੇ ਤਾਂ ਸਿਆਣਾ ਉਮਰ ਹੋ ਗਈ ਅੱਗੇ ਤਾਂ ਲੋਕਾਂ ਦੀਆਂ ਢੂਹੀਆਂ ਗੋਡੇ 50 ਸਾਲ ਤੋਂ ਬਾਅਦ ਉੱਠਣਾ ਸ਼ੁਰੂ ਹੁੰਦੇ ਹੁਣ ਤਾਂ ਪਹਿਲੀ 60 ਸਾਲ ਤੋਂ ਬਾਅਦ ਗੋਡੇ ਦੁਖਦੇ ਕਿਤੇ ਜਾ ਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਕੱਲ੍ਹ ਅਸੀਂ ਵਲੌਗ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਉਹ ਅੱਗੇ ਕੰਟੀਨਿਊ ਨਹੀਂ ਹੋਇਆ ਅੱਜ ਵੀ ਹਜੇ ਕੋਈ ਨਹੀਂ ਮੂਡ ਜਿਹਾ ਬਣਾ ਵੀ ਵਲੌਗ ਕੰਟੀਨਿਊ ਕਰ ਲਈਏ ਟਾਈਮ ਜਿਹੜਾ 3 ਵੱਜ ਗਏ ਨੇ ਪੂਰੇ 3 ਵੱਜ ਗਏ ਨੇ ਜੀ ਅਤੇ ਹੁਣ ਨਾ ਰੋਟੀ ਖਾਣ ਤੋਂ ਬਾਅਦ ਐਂ ਲੱਗਦਾ ਸੀ ਵੀ ਸੌਂ ਜਾਈਏ ਪਰ ਦੁਪੱਟੇ ਆ ਤਾਂ ਥਾਨ ਕੱਟਣ ਵਾਲਾ ਪਿਆ ਸੈਮੀ ਦੇ ਦੁਪੱਟੇ ਕੱਟਣੇ ਨੇ ਸੈਮੀ ਸ਼ਰੂਨ ਦੇ ਪਿਆ ਸ਼ਰੂਨ ਦੇ ਮੈਂ ਕੱਟ ਦਿੱਤੇ ਨੇ ਇੱਧਰ ਕੱਪੜੇ ਪਏ ਨੇ ਕਾਫੀ ਸਾਰੇ ਇਹ ਵਾਲੇ ਸਾਰੇ ਕੱਪੜੇ ਨੇ ਮਾਸਟਰ ਜੀ ਦਾ ਵੀ ਯੈਲੋ ਵਾਲਾ ਪਏਗਾ ਇਹ ਵੀ ਇੱਥੇ ਲਿਆ ਕੇ ਧਰ ਦਿੰਦੇ ਨੇ ਇਹਨਾਂ ਦੀ ਆਪਾਂ ਵੀਡੀਓ ਸ਼ੂਟ ਕਰਨੀ ਹੈ ਜੀ ਅਤੇ ਕੁਛ ਪਾਰਸਲ ਉਹ ਚੜ੍ਹਾਉਣ ਵਾਲੇ ਪਏ ਨੇ ਔਡਰ ਚੜ੍ਹਾਉਣ ਵਾਲੇ ਪਏ ਨੇ ਇੱਧਰ ਕਾਫੀ ਸਾਰੇ ਪਾਰਸਲ ਨੇ ਅਤੇ ਆਪਾਂ ਇਹ ਪਾਰਸਲ ਤੋੜਨੀ ਬਹੁਤ ਸਾਰਾ ਕੰਮ ਪਿਆ ਪਰ ਨੀਂਦ ਆਉਣ ਨੂੰ ਕਹਿੰਦੀ ਹੈ ਵੀ ਸੌਂ ਜਾ ਅਤੇ ਦੇਖਦੇ ਹਾਂ ਕੋਈ ਪੀ ਲੈਣਾ ਗ੍ਰੀਨ ਟੀ ਕੋਈ ਕੌਫੀ ਕੋਈ ਬਲੈਕ ਕੌਫੀ ਜੋ ਵੀ ਜੀ ਕਰਿਆ ਚਾਹ ਚੂਹ ਮੈਂ ਨਹੀਂ ਪੀਂਦੀ ਹੈਗੀ ਹੁਣ ਬਿਲਕੁਲ ਛੱਡ ਰੱਖੀ ਹੈ ਉਂਝ ਮੈਂ ਕੌਫੀ ਦਾ ਵੀ ਇੱਕ ਕੱਪ ਹੀ ਪੀਂਦੀ ਹੁੰਦੀ ਹਾਂ ਪਤਾ ਨਹੀਂ ਅੱਜ ਰੋਟੀ ਖਾਣ ਤੋਂ ਬਾਅਦ ਨੇਸਤੀ ਜੀ ਹੋ ਗਈ ਜੀ ਕਰਦਾ ਵੀ ਪੀ ਲਈਏ ਕੁਛ ਨਾ ਕੁਛ ਨੀਂਦ ਵਾਂਗੂ ਜਾਣ ਲੱਗ ਗਈ 3 ਵਜੇ ਵਾਲੀ ਚਾਹ ਧਰੀ ਹੋਈ ਮਿਸਤਰੀ ਚਾਹ ਪੀਣਗੇ ਹੁਣ ਪਤਾ ਨਹੀਂ ਕੀ ਉਹ ਅੱਗੇ ਨਾ ਮੈਨੂੰ ਐਵੇਂ ਹੁੰਦਾ ਵੀ ਜਲਦੀ ਵਲੌਗ ਤਿਆਰ ਹੋ ਜਾਓ ਫਟਾਫਟ ਵਲੌਗ ਸ਼ੁਰੂ ਕਰਾਂਗੇ ਫਟਾਫਟ ਵਲੌਗ ਸ਼ੁਰੂ ਕਰਾਂਗੇ ਕਈ ਦਿਨਾਂ ਦਾ ਪਤਾ ਨਹੀਂ ਕੀ ਟੋਕ ਲੱਗੀ ਕੈਮਰਾ ਔਨ ਕਰਨ ਨੂੰ ਜੀ ਨਹੀਂ ਕਰਦਾ ਸੂਟਾਂ ਵਾਲੀਆਂ ਵੀਡੀਓ ਵੀ ਪਈਆਂ ਨੇ ਬਣਾਉਣ ਵਾਲੀਆਂ
ਪਤਾ ਨਹੀਂ ਕੀ ਚੱਕਰ ਜਿਹਾ ਹੋਇਆ ਪਿਆ, ਬਸ ਕੈਮਰੇ 'ਤੇ ਹੁਣ ਹੀ ਕਰਦਾ ਹੈ ਨਾ, ਜੀ ਜਾਂ ਨਹੀਂ ਕਰਦਾ ਵੀ ਵੀਡੀਓ ਬਣਾ ਲਈ। ਕਾਫੀ ਵਾਰ ਹੁੰਦਾ ਮੈਸੇਜ ਆਇਆ ਹੁੰਦਾ ਵੀ ਹੁਣ ਤਾਂ ਹੋਰ ਕੋਈ ਕੰਮ ਨਹੀਂ, ਵੀ ਵੀਡੀਓ ਵੀ ਬਣਾਈ ਜਾਂਦੇ ਹੋ, ਹੋਰ ਵੀ ਕੋਈ ਕੰਮ ਨਹੀਂ, ਹੈ ਨਾ। ਮੈਂ ਕੀ ਦੱਸਾਂ, ਇਹ ਵੀਡੀਓ ਬਣਾਉਣਾ ਵੀ ਕੰਮ ਹੈ ਇੱਕ, ਇਹਨੂੰ ਮੈਂ ਆਪਣਾ ਜੋਬ ਸਮਝਦੀ ਹਾਂ ਨਾ, ਵੀ ਮੈਂ ਡੇਲੀ ਇੱਕ ਵਲੌਗ ਪਾਉਣਾ ਵੀ ਇਹ ਮੇਰੀ ਜੋਬ ਹੈ ਜੀ। ਅਤੇ ਕਿਉਂਕਿ ਹਰ ਇਨਸਾਨ ਪੈਸਾ ਕਮਾਉਣ ਦੇ ਲਈ ਕੋਈ ਨਾ ਕੋਈ ਕੰਮ ਕਰਦਾ, ਹੈ ਨਾ। ਮੈਂ ਵਲੌਗਿੰਗ ਕਰਦੀ ਹਾਂ, ਆਪਣਾ ਬਿਜ਼ਨਸ ਕਰਦੀ ਹਾਂ, ਉਹਨਾਂ ਨੇ ਵੀਡੀਓ ਬਣਾਉਣੀ ਆ ਤੁਹਾਡੇ ਤੱਕ ਪਹੁੰਚਦੀਆਂ ਨੇ, ਫਿਰ ਤੁਸੀਂ ਮੈਨੂੰ ਔਡਰ ਕਰਦੇ ਹੋ ਜਾਂ ਵੈਸੇ ਯੂਟਿਊਬ ਪੈਸੇ ਦਿੰਦਾ, ਇਹ ਜੋਬ ਹੈ ਇੱਕ। ਨਾ ਕਰਨ ਦੇ ਨਾਲੋਂ ਕੁਛ ਕਰਨਾ ਤਾਂ ਚੰਗਾ ਹੀ ਹੈ, ਜੇ ਆਪਾਂ ਨਹੀਂ ਕੁਛ ਕਰਾਂਗੇ ਕੋਈ ਉਹਦਾ ਉਹ ਨਹੀਂ, ਨਾ ਕਰਨ ਨਾਲੋਂ ਕੁਛ ਨਾ ਕੁਛ ਜ਼ਰੂਰ ਕਰੋ। ਸਾਡੇ ਟੀਚਰ ਕਹਿੰਦੇ ਹੁੰਦੇ ਸੀ, ਅੱਜ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਹਾਂ, ਜਦੋਂ ਅਸੀਂ ਇਕੱਠੇ ਬੈਠ ਕੇ ਨਾ ਗੱਲਾਂ ਬਾਤਾਂ ਮਾਰਨੀਆਂ, ਉਹ ਕਹਿੰਦੇ ਤੁਸੀਂ ਬੈਠ ਕੇ ਗੱਲਾਂ ਨਹੀਂ ਮਾਰਨੀਆਂ, ਵੀ ਨਹੀਂ ਵੀ ਤੁਸੀਂ ਪੜ੍ਹਨਾ, ਤੁਸੀਂ ਕੋਈ ਚੀਜ਼ ਖੇਡ ਲਓ, ਜਿਵੇਂ ਕਿਤਾਬਾਂ ਦੇ ਵਿੱਚੋਂ ਕੋਈ ਆਪਾਂ ਅੱਗੇ ਨਾ ਸ਼ਬਦ ਖੇਡਦੇ ਹੁੰਦੇ ਵੀ ਕੋਈ ਵੀ ਪੇਜ ਕੱਢ ਲਿਆ ਵੀ ਉਹ 'ਚ ਵੀਹ ਲੱਭਣਾ, ਵੀ ਵੀਹ ਕਿੰਨੇ ਵਾਰੀ ਆਇਆ, ਵਿੱਚ ਕਿੰਨੇ ਵਾਰੀ ਆਇਆ, ਇਸ ਤਰ੍ਹਾਂ ਦੇ ਵਰਡ ਲੱਭਣਾ ਖੇਡਦੇ ਹੁੰਦੇ। ਅਤੇ ਸਾਨੂੰ ਇੰਨਾ ਪਤਾ ਹੁੰਦਾ ਵੀ ਸਾਰਾ ਐਂ ਕਿਉਂ ਕਹਿੰਦੇ ਨੇ, ਉਹ ਕਹਿੰਦੇ ਵੀ ਗੱਲਾਂ ਨਾ ਗੱਲਾਂ ਨਹੀਂ ਮਾਰਨੀਆਂ, ਜੇ ਨਹੀਂ ਤੁਸੀਂ ਕੁਛ ਕਰਨਾ ਚਾਹੁੰਦੇ ਤਾਂ ਕੁਛ ਖੇਡ ਲਓ ਚਾਹੇ, ਪਰ ਗੱਲਾਂ ਨਾ ਮਾਰੋ। ਮੈਨੂੰ ਵੀ ਹੁਣ ਐਵੇਂ ਲੱਗਦਾ ਜੀ, ਉਹਨਾਂ ਦਾ ਹੈ ਨਾ ਕਹਿਣ ਦਾ ਮਤਲਬ ਇਹ ਸੀ ਵੀ ਜੇ ਤੁਸੀਂ ਕਿਤਾਬਾਂ ਫਰੋਲੋਗੇ, ਤੁਸੀਂ ਉਹਦੇ 'ਚ ਕੁਛ ਲੱਭੋਗੇ, ਤੁਹਾਨੂੰ ਕੋਈ ਲਾਈਨ ਪੜ੍ਹੀ ਜਾਊ ਕਦੇ ਕਦੇ ਤੁਹਾਡੇ ਦਿਮਾਗ ਦੇ ਵਿੱਚ, ਹੈ ਨਾ, ਉਹ ਚੀਜ਼ ਆਪਣੇ ਚੱਲਦੀ ਰਹਿੰਦੀ ਹੈ ਜਾਂ ਆਪਣੇ ਧਿਆਨ 'ਚ ਰਹਿੰਦੀ ਹੈ, ਜਾਂ ਵੈਸੇ ਹੀ ਆਪਾਂ ਐਕਟਿਵ ਰਹਿੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ, ਕੋਈ ਨਾ ਕੋਈ ਆਪਾਂ ਨੂੰ ਉੱਥੋਂ ਸ਼ਬਦ ਦਿਸ ਜਾਂਦਾ। ਇਸ ਤਰ੍ਹਾਂ ਹੀ ਗਏ ਹਾਂ ਵੀ ਸੁਸਤੀ ਚੜ੍ਹਾਉਣ ਦੇ ਨਾਲੋਂ ਨਾ ਕੁਛ ਕਰਨ ਦੇ ਨਾਲੋਂ ਕੁਛ ਨਾ ਕੁਛ ਕਰਨਾ ਜ਼ਰੂਰੀ ਆ। ਹੁਣ ਕਾਫੀ ਵਾਰ ਆਇਆ ਹੁੰਦਾ, ਖਾਸ ਕਰਕੇ ਫੇਸਬੁੱਕ 'ਤੇ ਵੀ ਤੁਹਾਨੂੰ ਕੋਈ ਕੰਮ ਨਹੀਂ, ਅਤੇ ਸਾਨੂੰ ਤਾਂ ਇੰਨੇ ਜ਼ਿਆਦਾ ਕੰਮ ਨੇ। ਇੱਕ ਵੀਰ ਨੇ ਕਮੈਂਟ ਕਰਿਆ, ਕਹਿੰਦੇ ਜਿਨ੍ਹਾਂ ਦੇ ਘਰ ਮਿਸਤਰੀ ਲੱਗੇ ਹੁੰਦੇ ਨੇ, ਬੁੜੀਆਂ ਨੂੰ ਮੂੰਹ ਧੋਣ ਦਾ ਟਾਈਮ ਨਹੀਂ ਹੁੰਦਾ, ਕਹਿੰਦੇ ਤੁਸੀਂ ਇੰਨੇ ਵਿਹਲੇ ਹੋ, ਸਰ ਦੇ ਵੀਡੀਓ ਬਣਾਈ ਜਾਂਦੇ ਹੋ, ਹੁਣ ਕੀ ਜਵਾਬ ਦੇਵਾਂ ਮੈਂ, ਵੀ ਇਹ ਵੀ ਮੇਰਾ ਕੰਮ ਹੈ ਇੱਕ, ਹੈ ਨਾ, ਇਕੱਲੇ ਵੀਡੀਓ ਕਿ ਮੈਂ ਬਿਜ਼ਨਸ ਸਾਂਭ ਰਹੀ ਹਾਂ ਮਿਸਤਰੀ ਲੱਗਿਆਂ ਦੇ ਨਾਲ ਨਾਲ, ਇਸ ਤਰ੍ਹਾਂ ਥੋੜ੍ਹੀ ਨਾ ਹੁੰਦਾ ਜੀ। ਘਰ ਦੇ ਕੰਮ ਤਾਂ ਅਸੀਂ ਵੀ ਕਰਦੇ, ਹੈ ਨਾ, ਕਿਹੜਾ ਘਰ ਦੇ ਕੰਮ ਨਹੀਂ ਕਰਦੇ। ਚਲੋ ਹੁਣ ਡੰਗਰ ਪਸ਼ੂ ਦਾ ਥੋੜ੍ਹਾ ਜਿਹਾ ਘਟਾਇਆ ਹੋਇਆ, ਫਿਰ ਵੀ ਕਰਦੇ ਹਾਂ, ਡੰਗਰ ਪਸ਼ੂ ਦਾ ਕੰਮ ਹੋ ਗਿਆ, ਘਰ ਦਾ ਕੰਮ ਹੋ ਗਿਆ, ਨਾ ਬੱਚੇ ਚਾਰਜ ਹੋ ਜਾਂਦੇ। ਇਸ ਕਰਕੇ ਕਿਸੇ ਨੂੰ ਐਂ ਕਹਿਣਾ, ਹੈ ਨਾ, ਵੀ ਤੈਨੂੰ ਤਾਂ ਕੋਈ ਕੰਮ ਨਹੀਂ ਹੈਗਾ, ਵੀ ਉਹ ਕੰਮ ਗੱਲ ਹੋਰ ਹੁੰਦੀ ਆ, ਹਰੇਕ ਬੰਦਾ ਜੇ ਕੋਈ ਵੀਡੀਓ ਬਣਾਉਂਦਾ ਉਹਦਾ ਕੰਮ ਹੈ ਜੀ, ਉਹ ਵੀਡੀਓ ਬਣਾ ਕੇ ਪੋਸਟ ਕਰ ਰਿਹਾ, ਉਹ ਉਹਦੀ ਜੋਬ ਆ, ਉਹਦਾ ਕੰਮ ਆ, ਉਹਦੇ ਤੋਂ ਉਹਨੂੰ ਪੈਸੇ ਆਉਂਦੇ ਨੇ, ਠੀਕ ਹੈ। ਹਰੇਕ ਬੰਦਾ ਕੋਈ ਨਾ ਕੋਈ ਜਿਹੜਾ ਹੋਇਆ, ਪਤਾ ਕੰਮ ਕੀ ਨਹੀਂ ਹੈਗਾ, ਝੁੰਡ ਬਣਾ ਕੇ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਜਾਂ ਇੱਧਰ ਉੱਧਰ ਦਾ ਟਾਈਮ ਖਰਾਬ ਕਰਨਾ, ਕਿਸੇ ਦੀ ਨਿੰਦਿਆ ਕਰਨੀ, ਕਿਸੇ ਦੀ ਚੁਗਲੀ ਕਰਨੀ, ਉਹ ਕੋਈ ਕੰਮ ਨਹੀਂ ਹੈਗਾ। ਉਂਝ ਤੁਸੀਂ ਆਪਣੇ ਫਰੈਂਡ ਦੇ ਨਾਲ ਗਿਓਗੇ, ਹੈ ਨਾ, ਸੈਰ ਕਰ ਲਈ, ਤੁਸੀਂ ਉੱਥੇ ਹੱਸ ਲਏ, ਉਹ ਵਧੀਆ ਚੀਜ਼ ਹੈ। ਪਰ ਜੇ ਕਿਸੇ ਤੁਸੀਂ ਇਕੱਠੇ ਹੋ ਗਏ, ਹੁਣ ਜਿਵੇਂ ਲੇਡੀਜ਼ ਨੂੰ ਹੁੰਦਾ, ਮੈਂ ਕਈ ਕਰਦੀਆਂ ਨੇ ਭੈਣਾਂ, ਉਂਝ ਪਹਿਲਾਂ ਨੂੰ ਟਾਈਮ ਦਾ ਫਰਕ ਹੈ ਵੀ 10 ਵਜੇ ਕੰਮ ਹੋਏ, ਇਕੱਠਿਆ ਹੋਏ, ਗਰੁੱਪ ਬਣਾਇਆ, ਫਲਾਨੇ ਦੀ ਵਾ ਧਿਮਕੇ ਦੀ ਕੁੜੀ, ਉਹਦਾ ਮੁੰਡਾ, ਉਹਦਾ ਫਲਾਨਾ, ਉਹ ਫਲਾਨੀ ਧਿਮਕਾ, ਐਵੇਂ ਝੁੰਡ ਬਣਾ ਕੇ ਉਹ ਕਰਨ ਦੇ ਨਾਲੋਂ, ਚੁਗਲੀਆਂ ਨਿੰਦਿਆ ਕਰਨ ਦੇ ਨਾਲੋਂ ਕੋਈ ਨਾ ਕੋਈ ਕੰਮ ਜ਼ਰੂਰ ਕਰੋ। ਅਤੇ ਇਸ ਕਰਕੇ ਕਿਸੇ ਨੂੰ ਐਂ ਕਹਿਣਾ ਵੀ ਇਹ ਵੀ ਸਾਡੀਆਂ ਬੁੜੀਆਂ ਕੋਈ ਕੰਮ ਹੈ, ਵੀ ਤੁਸੀਂ ਕੋਈ ਤੁਹਾਨੂੰ ਕੋਈ ਕੰਮ ਨਹੀਂ ਜਾਂ ਵੀਡੀਓ ਬਣਾਉਣੀ, ਵੀ ਬੁੜੀਆਂ ਸਾਡੀਆਂ ਰੋਜ਼ ਕੰਮ ਕਰਦੀਆਂ, ਹੁਣ ਮੈਂ ਕੀ ਦੱਸਾਂ। ਅਤੇ ਬਸ ਅਸੀਂ ਚੱਲਦਾ ਰਹਿੰਦਾ। ਚਲੋ ਜੀ, ਵੀਡੀਓ ਤੋਂ ਗੱਲ ਸ਼ੁਰੂ ਹੋਈ ਸੀ, ਕਿੱਥੇ ਤੱਕ ਪਹੁੰਚ ਗਈ ਹੈ, ਅਤੇ ਆਪਾਂ ਨਵਾਂ ਥਾਨ ਖੋਲ੍ਹਦੇ ਹਾਂ, ਥਾਨ ਕੱਟ ਲਈਏ। ਲੈ ਜੀ ਪਨੋਏ, ਸੈਮੀ ਚਲੂਨ ਦਾ ਥਾਨ ਦਿਓ, ਦੁਪੱਟੇ ਡਾਈ ਨੂੰ ਬੰਨਣੇ ਨੇ ਅਸੀਂ ਜਾਣਾ। ਇੱਕ ਨਾ ਇੰਨੀ ਜ਼ਿਆਦਾ ਗਰਮੀ ਪੈਣ ਲੱਗੀ ਹੈ ਜੀ, ਗਰਮੀ ਦੇ ਕਰਕੇ 6 ਵਜੇ ਤੱਕ ਅਸੀਂ ਬੁਟੀਕ 'ਚੋਂ ਬਾਹਰ ਨਹੀਂ ਨਿਕਲਦੇ। ਸਬਜ਼ੀ ਵਾਲਾ ਕੰਮ ਸਾਡਾ ਦੁਪਹਿਰ ਦਾ ਹੈਗਾ, ਕਿਉਂਕਿ ਸ਼ਾਮ ਨੂੰ ਅਸੀਂ ਕਈ ਵਾਰ ਨਹੀਂ, ਬਹੁਤ ਜ਼ਿਆਦਾ 80% ਅਸੀਂ ਸ਼ਾਮ ਨੂੰ ਬਾਜ਼ਾਰ ਦਾ ਕੰਮ ਕਰਨਾ ਹੁੰਦਾ। ਕਈ ਵਾਰੀ ਜੇ ਮੈਂ ਮਾਸਟਰ ਜੀ ਨੇ ਰੋਜ਼ ਜਾਣਾ ਹੁੰਦਾ, ਉਸ ਤੋਂ ਬਾਅਦ ਮੈਂ ਹਜੇ ਕਈ ਵਾਰੀ ਟਾਲ ਵੱਟ ਦਿੰਦੀ ਹਾਂ, ਜਿੱਦਾਂ ਕਈ ਵਾਰੀ ਮੈਂ ਮਨਵੀਰ ਨੂੰ ਭੇਜਦੀ ਹਾਂ ਵੀ ਤੁਸੀਂ ਪਿਓਤੀ ਘਰੇ ਆਓ, ਮੈਂ ਘਰੇ ਕੰਮ ਕਰਨਾ, ਅਤੇ ਉਂਝ ਸਬਜ਼ੀ ਦਾ ਕੰਮ ਦੁਪਹਿਰੇ ਆ, ਸਬਜ਼ਾਰੀ ਸਬਜ਼ੀ ਬਣਾ ਲੈਂਦੇ ਹਾਂ, ਚਲੋ ਸ਼ਾਮ ਨੂੰ ਫਿਰ ਰੋਟੀ ਖਾਧੀ ਜਾਂਦੀ ਹੈ, ਕਿਉਂਕਿ ਸ਼ਾਮ ਨੂੰ ਬਹੁਤ ਘੱਟ ਰੋਟੀ ਖਾਂਦੇ ਹਾਂ, ਸਵੇਰੇ ਨਹੀਂ ਜੀਜਾ ਕਰਦਾ ਹੁੰਦਾ, ਭੁੱਖ ਨਹੀਂ ਹੁੰਦੀ, ਅਤੇ ਦੁਪਹਿਰੇ ਸਾਰਾ ਟੱਬਰ ਰੱਜ ਕੇ ਰੋਟੀ ਖਾਂਦਾ।
ਦੁਪਹਿਰੇ ਰੋਟੀ ਜ਼ਿਆਦਾ ਸਵਾਦ ਲੱਗਦੀ ਹੈ, ਪਤਾ ਨਹੀਂ ਕੀ ਕਰਕੇ ਸਵੇਰ ਦੇ ਨਾਲੋਂ। ਸਵੇਰੇ ਬੱਚਿਆਂ ਨੇ ਵੀ ਜਦੋਂ ਜਾਣਾ ਹੁੰਦਾ ਸੁਨੇਹਾ ਬਸ, ਉਦੋਂ ਮਾਸਟਰ ਜੀ ਨੇ ਜਾਣਾ ਹੁੰਦਾ, ਇਕੱਠੀ ਰੋਟੀ ਬਣਾ ਲੈਂਦੇ ਹਾਂ। ਲਓ ਜੀ ਹੁਣ ਚਾਹ ਭਰੀ ਹੋਈ ਹੈ, ਜੱਸੀ ਨੇ ਮਤਲਬ ਪਾ ਲਿਆ ਹੋਊਗਾ ਦੁੱਧ, ਉਹਨੂੰ ਕਹਿ ਕੇ ਦੁੱਧ ਪਾ ਲਾ, ਅਤੇ ਆਪਾਂ ਦੇਖਦੇ ਹਾਂ ਥਾਨ ਥੂਨ ਕੱਟ ਲਈਏ ਦੁਪੱਟਿਆਂ ਦੇ। ਕੱਲ੍ਹ ਦੀਦੀ ਹੋਰੇ ਆਏ ਹੋਏ ਸੀ ਕੁਛ, ਤਾਂ ਉਹਨਾਂ ਨੂੰ ਬੈਠੇ ਬੈਠਿਆਂ ਨੂੰ ਲੇਟ ਹੋ ਗਿਆ, ਗੱਲਾਂ ਬਾਤਾਂ ਕਰਦੇ ਕਰਦੇ ਬਸ ਕਵੇੜਾ ਹੋ ਗਿਆ। ਹੋ ਜਾਂਦਾ ਕਈ ਵਾਰੀ ਇਸ ਤਰ੍ਹਾਂ, ਧੁੱਪ ਬਹੁਤ ਜ਼ਿਆਦਾ, ਵਿਚਾਰੇ ਮਿਸਤਰੀਆਂ ਨੂੰ ਵੀ ਬਹੁਤ ਜ਼ਿਆਦਾ ਔਖਾ ਹੈਗਾ, ਇੰਨੀ ਤੇਜ਼ ਧੁੱਪ ਪੈਂਦੀ ਆ। ਅਤੇ ਸਰਕਾਰੀ ਸਕੂਲ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ ਕੱਲ੍ਹ ਤੋਂ, ਪਹਿਲਾਂ ਤਾਂ ਟਾਈਮ ਹੀ ਬਦਲਿਆ ਸੀ ਸਿਰਫ ਵੀ 7 ਤੋਂ ਸ਼ਾਇਦ 12 ਕਰਿਆ ਸੀ ਟਾਈਮ, 7 ਤੋਂ 12 ਕਰਿਆ ਸੀ ਸ਼ਾਇਦ, ਕਿਉਂਕਿ ਮਾਸਟਰ ਜੀ ਹੁਣ ਸਕੂਲ ਨਹੀਂ ਜਾਂਦੇ, ਇਹਨਾਂ ਦੀ ਬੀ ਐੱਲ ਓ ਦੀ ਡਿਊਟੀ ਆ ਕਰਦੇ, ਇਹ ਪਰਚੀਆਂ ਵੰਡਣ ਵਾਂਗੇ, ਇਹ ਆਪਣੇ ਫੀਲਡ 'ਚ ਕੰਮ ਕਰਦੇ ਨੇ, ਵੋਟਾਂ ਆਉਣ ਵਾਲੀਆਂ ਨੇ ਨਾ ਨੇੜੇ, ਇਹਨਾਂ ਨੂੰ ਫੀਲਡ ਦਾ ਕੰਮ ਆ। ਬੀ ਐੱਲ ਓ ਸਕੂਲ 'ਚੋਂ ਫ੍ਰੀ ਕਰ ਦਿੱਤੇ ਨੇ, ਤੁਸੀਂ ਸਕੂਲ ਨਹੀਂ ਆਉਣਾ, ਆਪਣਾ ਇੱਧਰ ਕੰਮ ਕਰੋ। ਹੋਰ ਹੁਣ ਆਪਣੇ ਕਹਿੰਦਾ ਉਹਦਾ ਧੱਕਾ ਹੋ ਗਿਆ ਆਪਣੇ ਨਾਲ, ਕਹਿੰਦੇ ਉੱਧਰ ਤਾਂ ਉਹ ਹੋ ਗਿਆ ਵੀ ਛੁੱਟੀਆਂ ਹੋ ਗਈਆਂ ਸਕੂਲ 'ਚ, ਵੀ ਡੈਡੀ ਉਹ ਜਾਣਾ ਪਿਆ ਕਰੂਗਾ। ਮਾਸਟਰ ਜੀ 2-3 ਘੰਟੇ ਸਵੇਰੇ ਸਵੇਰੇ ਲਾਏ ਆਉਂਦੇ ਨੇ, ਕੋਈ ਪਰਚੀ ਵੰਡਣੀ, ਕੁਝ ਕੁਛ ਹੋਰ ਕਰਨੀ, ਦੁਪਹਿਰੇ ਰੈਸਟ ਕਰਕੇ ਕਈ ਵਾਰੀ ਟਾਈਮ ਜੇ ਲੱਗਦਾ ਸ਼ਾਮ ਨੂੰ ਫਿਰ ਵਗ ਜਾਂਦੇ, ਵੀ ਦੁਪਹਿਰੇ ਬਾਹਲੀ ਧੁੱਪ 'ਚ ਨਹੀਂ ਜਾਇਆ ਜਾਂਦਾ, ਜੇ ਔਖਾ ਹੋ ਜਾਂਦਾ। ਚਲੋ ਠੀਕ ਆ ਜੀ, ਚਾਹ ਆ ਗਈ ਹੈ, ਆਪਾਂ ਪੁੱਛਦੀ ਹਾਂ ਵੀ ਲਿਆਂਦੀ ਹੈ ਕਿ ਨਾ। ਮੈਂ ਇਹਨੂੰ ਕਿਹਾ ਗਾ ਮੈਨੂੰ ਮਹਾਂ ਮੇਰੀ ਚਾਹ ਨਾ ਪੁੱਛਿਆ ਕਰ ਕਦੇ ਵੀ, ਮੈਂ ਮੈਨੂੰ ਪੁੱਛਣਾ ਨਹੀਂ ਵੀ ਚਾਹ ਪੀਣੀ ਹੈ, ਜਦੋਂ ਕੋਈ ਆਲਾ ਪੁੱਛ ਲੈਂਦਾ ਵੀ ਚਾਹ ਪੀਣੀ ਹੈ ਫਿਰ ਜੀ ਕਰਦਾ, ਮੈਂ ਘੁੱਟ ਕੇ ਕੌਫੀ ਕਰਕੇ ਪੀਂਦੀ ਹਾਂ, ਜਦੋਂ ਲਿਆਈ ਨਹੀਂ ਕਹਿੰਦੀ ਮਤਲਬ ਲਿਆਈ ਵੀ ਨਹੀਂ ਨਾ, ਹੁਣ ਤਾਂ ਮੈਂ ਛੱਡ ਰੱਖਿਆ ਕਿ ਫਾਇਦਾ ਵਾਧੂ ਚਾਹ ਦਾ। ਲਓ ਜੀ 55 ਮੀਟਰ ਦਾ ਥਾਂ ਇਹ ਹੈ, ਪਤੰਗ ਚਾਹ ਦਾ ਇਹ ਵੀ ਕੱਟਣੇ ਆਪਣੇ ਕੋਲ, ਜਿਹੜੇ ਵੀ ਦੁਪੱਟੇ ਹੁੰਦੇ ਨੇ ਨਾ ਭਾਰਤ ਦੇ ਬੈਡਸਨ ਦੇ ਵਧੀਆ ਵਾਲੇ ਦੁਪੱਟੇ ਰੱਖਦੇ ਹਾਂ, ਜਿਹੜੇ ਵੀ ਹੁੰਦੇ ਨੇ, ਮਤਲਬ ਕਿ ਜਿਹੜੇ ਚਨੂਨ ਦੇ ਦੁਪੱਟੇ ਨੇ ਉਹ ਨਾ ਭਾਰਤ ਦੀ ਲੈਂਦੇ ਹਾਂ, ਹੋਰ ਕੋਈ ਬ੍ਰਾਂਡ ਨਹੀਂ ਲੈਂਦੇ। ਜਿਹੜੀ ਆਪਣੇ ਕੋਲ ਕਰੇਪ ਹੁੰਦੀ ਉਹ ਵੀ ਨਾ ਭਾਰਤ ਦੀ ਹੁੰਦੀ ਹੈ, ਵਾਈਟ ਕਰੇਪ ਦੀ ਗੱਲ ਕਰ ਰਹੀ ਹਾਂ ਮੈਂ, ਵਾਈਟ ਲੋਕ ਕੱਟੀ ਇਹਨਾਂ ਨੂੰ। ਇਹ ਦੁਪੱਟਾ ਭੇਜਿਆ ਦਿੱਕ ਫਿਨਿਸ਼ਿੰਗ ਕਰਨ ਨੂੰ, ਸੂਟ ਇਹਦਾ ਜਾਂਦਾ ਕਿਸੇ ਨੂੰ ਹੋਰ ਨੂੰ ਸਿਲਾਈ ਨੂੰ ਦਿੱਤਾ। ਹਾਂ ਪਹਿਲਾਂ ਦੁਪੱਟਾ ਇਹ, ਪਰ ਇਹਦੇ ਨਾਲ ਨਹੀਂ ਹੈਗਾ, ਇਹਦੇ ਨਾਲ ਮਜੈਂਟਾ ਰਾਣੀ ਸ਼ੇਡ ਦਾ ਦੁਪੱਟਾ ਬੰਨ ਦਿਓ ਹਰੀ ਨਾਲ, ਤਾਂ ਪਜਾਮੀ ਕੀ ਕਰਨਾ ਸੀ ਇਹਦਾ, ਪਜਾਮੀ ਦਾ ਇਹ ਕਮੀਜ਼ ਉਹਦੇ ਕੋਲ ਆ, ਉਹ ਮੈਂ ਫਰੋਕ ਆ ਹੀ ਫੜਾ ਗਿਆ ਸੀ, ਠੀਕ ਹੈ ਪ੍ਰਿੰਟਡ ਸੂਟ ਨਾਲ ਫਰੋਕ ਆ ਹੀ ਫੜਾ ਗਿਆ, ਮੈਂ ਇਹ ਵੀ ਕਰਿਆ ਤਾਂ ਮੈਂ ਦੁਬਾਰੀ ਲੈਸ ਲਾਉਣ ਨੂੰ ਭੇਜੀ ਹੋਈ ਹੈ। ਇਹ ਰੱਖਾਂ ਕਿੱਥੇ ਸਾਂਭ ਕੇ, ਇੱਥੇ ਰੱਖ ਦਿਓ ਫੜਾ ਦਿਓ ਕੱਪੜੇ, ਕੱਲ੍ਹ ਨੂੰ ਕਹਿੰਦਾ ਮੈਂ ਤੂੰ ਅੱਜ ਲੁਧਿਆਣੇ ਚਲਾ ਗਿਆ, ਕਢਾਈ ਲਈ ਗਈ ਨਾ ਨਾ ਸਿਲਾਈ ਹੋ ਕੇ ਆਈ ਸੀ, ਥੱਲੇ ਲੈਸ ਨਹੀਂ ਲਾਈ, ਫਰੋਕ ਸੂਟ ਹੀ ਫੜਾ ਗਿਆ। ਚਰਨ ਜੀ ਦਾ ਦਰਵਾਜ਼ਾ ਬੰਦ ਕਰ ਦੇ, ਕੂਲਿੰਗ ਨਿਕਲੀ ਸਿਲਾਈ ਵਾਲਾ ਪਿਆ। ਲਓ ਜੀ ਉੱਧਰ ਅਸੀਂ ਦੁਪੱਟਿਆਂ ਦੇ ਲਿਫਾਫੇ ਬੰਨ ਦਿੱਤੇ ਨੇ ਉਹ ਕਰਨ ਵਾਸਤੇ, ਕੀ ਆਪਣਾ ਡਾਈ ਵਾਸਤੇ, ਇੱਧਰ ਆਪਣੇ ਪਾਰਸਲ ਜਾ ਰਹੇ ਨੇ। ਥੈਂਕ ਯੂ ਸੋ ਮੱਚ ਜੀ, ਬਹੁਤ ਜ਼ਿਆਦਾ ਧੰਨਵਾਦ ਤੁਹਾਡਾ, ਅਜੇ ਬਹੁਤ ਪਾਰਸਲ ਜਿੰਨੇ ਅਸੀਂ ਕੱਢਤੇ ਇਸ ਤੋਂ ਦੁੱਗਣੇ ਤਿੱਗਣੇ ਹੋਰ ਹੋਣਗੇ। ਮੈਂ ਦੇਖੋ ਇਹ ਸਾਰੇ ਪ੍ਰਿੰਟਡ ਸੂਟ ਨੇ, ਅਜੇ ਉਹ ਬਹੁਤ ਸਾਰਿਆਂ ਦੇ ਸਲਵਾਰਾਂ 'ਤੇ ਵਰਕ, ਬਹੁਤ ਸਾਰੇ ਸਿਲਾਈ। ਹੈਲੋ ਬਹੁਤ ਬਹੁਤ ਥੈਂਕ ਯੂ, ਬਹੁਤ ਜ਼ਿਆਦਾ
ਸ਼ੁਕਰੀਆ, ਤੁਸੀਂ ਵਿਸ਼ਵਾਸ ਰੱਖਦੇ ਹੋ, ਵਿਸ਼ਵਾਸ ਰੱਖ ਕੇ ਔਡਰ ਦਿੰਦੇ ਹੋ, ਅਤੇ ਮੇਰੀ ਵੀ ਇਹੀ ਕੋਸ਼ਿਸ਼ ਰਹੂਗੀ ਮੈਂ ਤੁਹਾਡੇ ਵਿਸ਼ਵਾਸ 'ਤੇ ਖਰੀ ਉਤਰਾਂ। ਠੀਕ ਹੈ ਜੀ, ਪਾਓ ਜੀ ਲਿਫਾਫਿਆਂ 'ਚ। ਧਿਆਨ ਨਾ ਪਾਇਓ ਛੋਰੀ, ਗਿਣਨੇ ਆ ਤਾਂ ਅੱਗੇ ਉੱਥੇ ਵੀ ਗਿਣਾਵਾਂਗੇ ਅਸੀਂ, ਉਰੇ ਗਿਣ ਕੇ ਪਾਉਣੇ ਨੇ, ਉੱਥੇ ਪਾ ਦਿਓ, ਉੱਥੇ ਗਿਣਿਆ ਕੇ ਆਉਣੇ ਪੈਂਦੇ ਨੇ, ਫਿਰ ਕਰਕੇ ਟਰੈਕਿੰਗ ਨੰਬਰ ਪੂਰੇ ਕਰਨੇ ਹੁੰਦੇ। ਲਓ ਜੀ, ਅਸੀਂ ਬਾਜ਼ਾਰ ਚਲੇ ਗਏ ਸੀ, ਹੁਣ ਆਏ ਹਾਂ ਬਾਜ਼ਾਰ ਤੋਂ। ਟਾਈਮ ਵੀ 7 ਵੱਜਣ ਵਾਲਾ ਹੋ ਗਿਆ, ਵੱਜਣ ਵਾਲਾ ਹੋ ਗਿਆ, ਬਈਆਂ ਵਾਂਗੂ ਵੱਜ ਗਏ ਨੇ। ਅੱਜ ਮੈਂ ਇਸੇ ਆਈ ਕੱਪੜਿਆਂ 'ਚ ਗਈ ਇਹਨਾਂ 'ਚ, ਜੀ ਨਹੀਂ ਕਰਦਾ ਜੀ ਗਰਮੀ 'ਚ, ਬਾਦਲ ਨੂੰ ਕਦੇ ਉਹ ਪਾ ਲੈ ਕਦੇ ਉਹ ਲਾ ਲੈ, ਔਖਾ ਬਹੁਤ ਜ਼ਿਆਦਾ ਹੈਗਾ। ਇੱਕ ਮੰਮੀ ਜੀ ਦਾ ਅੱਜ ਕੂਲਰ ਲੈ ਕੇ ਆਉਂਦਾ, ਉਹ ਕਹਿੰਦੇ ਦਿਨੇ ਤਾਂ ਹੈ ਨਾ ਵੀ ਆਥਣ ਤੜਕੇ ਉਹ ਬਾਹਰੇ ਕੂਲਰ ਮੂਹਰੇ ਬਹਿੰਦੇ ਨੇ, ਹੁਣ ਜਿਹਦਾ ਦਿਨੇ ਏਸੀ 'ਚ ਬੈਠੇ ਰਹਿੰਦੇ ਨੇ, ਉਹਨਾਂ ਨਾਲ ਕੂਲਰ ਕਾਲਰ ਖਰੀਦਣ ਲੱਗ ਗਏ, ਬਸ ਅਸੀਂ ਟਾਈਮ ਲੱਗ ਗਿਆ। ਚਲੋ ਮਨਵੀਰ ਬਣਾ ਲਈ ਰੋਟੀ, ਪੁੱਤ ਬਣਾ ਲਈ। ਮਨਵੀਰ ਬਣਾ ਲਈ ਰੋਟੀ, ਰੋਟੀ ਬਣਾ ਲਈ ਰੋਟੀ। ਗਰਮੀ ਨੇ ਇੰਨੇ ਪਰੇਸ਼ਾਨ ਕਰ ਰੱਖਿਆ, ਕੀ ਕਰੀਏ ਦਿਨ ਛਿਪ ਗਿਆ, ਪਰ ਗਰਮੀ ਨਹੀਂ ਘਟੀ ਹੈਗੀ। ਸਮਾਨ ਕੱਢ ਲਈ ਸਕੂਟੀ ਚੋਂ, ਬੈਗੀ ਕੱਢ ਕੇ, ਨੰਨੇ ਮੁੰਨੇ ਕੱਢ ਲਿਆ ਸਮਾਨ। ਲਓ ਜੀ, ਜਠਾਣੀ ਜੀ ਘਰ ਦੇਖਣ ਆਏ ਨੇ, ਕਿਆ ਦਿਨ ਲੱਗ ਜਾਣਗੇ ਜਠਾਣੀ ਜੀ, ਇਹਨਾਂ ਨੂੰ ਐਕਸਪੀਰੀਅੰਸ ਹੈਗਾ, ਇਹਨਾਂ ਨੇ ਪਾ ਲੀਆਂ, ਕਿਆ ਦਿਨ ਲੱਗ ਜਾਣਗੇ ਹੁਣ। ਜਿਸ ਦਿਨ ਮੈਂ ਵੀਡੀਓ 'ਚ ਕਹਿੰਦੀ ਸੀ ਮਨਿੰਦਰ ਦੱਸ ਕੇ ਗਈ, ਥੱਲੇ ਪੁੱਛਦੇ ਸੀ ਮਨਿੰਦਰ ਕੌਣ, ਇਹ ਭੈਣ ਜੀ ਹੈ ਮਨਿੰਦਰ। ਸ਼ੀਸ਼ਾ ਪਊ ਬਸ ਉਧਰ ਦੇਖਣ ਨੂੰ, ਇੱਕ ਦੋ ਦਿਨ ਚਾਨਣ ਪਈ ਜਾਊਗਾ, ਇੱਕ ਉਧਰ ਨੀ ਕਰੂਗੀ, ਕੌਣ ਕੀ ਕਰਦਾ, ਇੱਕ ਫੁੱਟ ਤਾਂ ਸਾਹਮਣੇ ਆ ਜਾ, ਹਾਂ ਇੱਕ ਫੁੱਟ ਤਾਂ ਉੱਚੀ ਇੱਧਰ ਨੂੰ, ਐ ਕਹਿੰਦੀ ਵੀ 2.5 ਫੁੱਟ ਹੋ ਕਰਦਾ ਵੀ ਚਿਮਨੀ ਵਿਚਾਲੇ ਆ ਜੂ, ਹਾਂ ਇੱਕ ਉਧਰ ਇੱਕ ਉਧਰ, ਨਾ ਤਾਂ ਉੱਪਰਲੇ ਖਾਨਿਆਂ ਨੂੰ ਜਿਹੜੇ ਆਪਾਂ ਬਣਾਉਣੇ ਡਰਾ ਉਹਨਾਂ ਨੂੰ ਕੋਈ ਉਹ ਨਹੀਂ ਹੋਣਾ, ਨਾ ਹੇਠਾਂ ਨੂੰ ਵਿਚਾਲੇ ਵਿਚਾਲੇ, ਇਹਨੇ ਖੜੇ ਦੀ ਸਾਰ ਹੀ ਨੀਗਾ ਵੀ ਉਧਰ ਕੀ ਹੈ, ਇਹਨਾਂ ਨੇ ਉਧਰ ਕੋਈ ਐਂ ਖਤਰਾ ਨਹੀਂ ਵੀਰੂ ਭੰਨ ਕੇ ਵਿੱਚ ਆ ਜੂ, ਕਿਉਂਕਿ ਛੋਟੀ ਹੋਊਗੀ ਨਾ, ਤੁਸੀਂ ਹੋ ਕੇ ਮੱਕੀ ਦੇ ਬਿਜੀ ਹੋਏ ਪਏ ਸੀ, ਹੈ ਮੱਕੀ ਸਪਰੇਅ ਕਰਨ ਲੱਗੇ ਕਰ ਲਓ, ਉੱਪਰ ਬਣਾਵਾਂਗੇ ਨਾ, ਉਹ ਉੱਪਰ ਬਣਾਵਾਂਗੇ ਪੂਜਾ ਰੂਮ,
ਠੰਡ ਹੋਊਗੀ ਹੁਣ ਦੋ ਤਿੰਨ ਦਿਨਾਂ ਤੱਕ ਪਹਿਲਾਂ ਕਰਾ ਦੇ ਜ਼ਰੂਰੀ ਆ ਦੋ ਐਂਟਰੀਆਂ ਦਾ ਐਮਰਜੈਂਸੀ ਹੈ ਨਾ ਆਪਾਂ ਨੂੰ ਚਾਹੀਦੀ ਇੱਕ ਐਂਟਰੀ ਦਾ ਬਾਰੇ ਗੋਹੇ ਪੈਰ ਕੇ ਅੰਦਰ ਆ ਜੋ ਗੋਹੇ ਬਣਾ ਪਾਉਣੀ ਕੀ ਬਣਦਾ ਮੈਂ ਤਾਂ ਪੁੱਛ ਲਾਉਣੀ ਨੀ ਹੈਗੀ ਜਿੰਨੇ ਫਿਰ ਤਾਂ ਚਾ ਚਾਚੀ ਭੱਜੀ ਵਰੇਗੀ ਚਲੋ ਠੀਕ ਆ ਜੀ ਮਨਵੀਰ ਰੋਟੀ ਬਣਾਉਂਦੀ ਆ ਮੈਂ ਰੋਟੀ ਰੋਟੀ ਫੜਾ ਦਾਂ ਅਤੇ ਆਪਾਂ ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ ਬਸ ਲਾਈਫ ਐਸੀ ਪੀ ਐਸੀ ਹੋਈ ਪਈ ਹੈਗੀ ਟਾਈਮ ਹੀ ਨਹੀਂ ਲੱਗਦਾ ਵਲੋਗਿੰਗ ਕਰਨ ਦਾ ਸਵੇਰੇ ਵੀ ਆਉਂਦਾ ਭੱਜੋ ਭੱਜੇ 'ਚ ਕੰਮ ਕਰ ਲਈਏ ਵਲੋਗ ਹੀ ਲੇਟ ਸਟਾਰਟ ਹੁੰਦਾ ਫਿਰ ਮੈਂ ਬੁਟੀਕ ਦੇ ਕੰਮਾਂ 'ਤੇ ਬਹਿ ਜਾਂਦੀ ਹਾਂ ਬਸ ਇਸ ਤਰ੍ਹਾਂ ਜ਼ਿੰਦਗੀ ਚੱਲੀ ਜਾਂਦੀ ਹੈ ਭੱਜੋ ਭੱਜ 'ਚ ਠੀਕ ਹੈ ਜੀ ਕੱਲ੍ਹ ਨੂੰ ਫਿਰ ਆਪਾਂ ਨਵੇਂ ਵਲੋਗ ਨਾਲ ਮਿਲਦੇ ਹਾਂ ਠੀਕ ਹੈ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ।